13045 05234 04932 0050 ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਐਨਪੀਕੇ ਜਾਂ ਕਿਸੇ ਵੀ ਤਰ੍ਹਾਂ ਦਾ ਫਰਟੀਲਾਈਜ਼ਰ ਕਿਵੇਂ ਕਿਸਾਨ ਦਾ ਨੁਕਸਾਨ ਕਰਦੇ ਨੇ ਇਸ ਵੀਡੀਓ ਦੇ ਵਿੱਚ ਆਪਾਂ ਸਿਰਫ ਔਰ ਸਿਰਫ ਇਹ ਗੱਲਬਾਤ ਕਰਨੀ ਆ ਐਨਪੀਕੇ ਬਾਰੇ ਜਿਨ੍ਹਾਂ ਨੂੰ ਇਹ ਬਾਟਰ ਸੋਲੀਬਲ ਐਨਪੀਕੇ ਕਿਹਾ ਜਾਂਦਾ ਇੰਗਲਿਸ਼ ਦੇ ਵਿੱਚ ਇਹ ਆਪਣਾ ਹਾ ਝੋਨਾ ਉਹੀ ਆ ਖੇਤ ਵੀ ਤੁਸੀਂ ਪਹਿਚਾਨ ਕਰੋਗੇ ਮੋਟਰ ਦੇ ਕੋਠੇ ਤੋਂ ਪੂਸਾ 44 1 ਜੁਲਾਈ ਦਾ ਲੱਗਿਆ ਹੋਇਆ ਹਜੇ ਫਲੈਗ ਲੀਫ ਵੀ ਕੱਢਿਆ ਨਹੀਂ ਹੈਗਾ ਯਾਨੀ ਕਿ ਅੱਧਾ ਕੱਢ ਲਿਆ ਚਲੋ ਇਹ ਗੱਲ ਆਪਣੇ ਕਰਨੀ ਨਹੀਂ ਹੈਗੀ ਆਪਾਂ ਨੇ ਗੱਲ ਕਰਨੀਆਂ ਮੁੱਦੇ ਦੀ ਮੁੱਦੇ ਦੀ ਗੱਲਬਾਤ ਇਹ ਆ ਵੀ ਪਹਿਲਾਂ ਤੁਸੀਂ ਇਹਨਾਂ ਨੂੰ ਸਮਝੋ ਵੀ ਇਹ ਚੀਜ਼ਾਂ ਕੀ ਨੇ 13 0 45 13% ਨਾਈਟ੍ਰੋਜਨ ਜਿਹਨੂੰ ਆਪਾਂ ਯੂਰੀ ਦੇ ਨਾਂ ਤੇ ਜਾਣਦੇ ਆ 0 ਦਾ ਮਤਲਬ 0 ਫਾਸਫੋਰਸ ਇਹਨੂੰ ਆਪਾਂ ਡੀਏਪੀ ਦੇ ਨਾਂ ਤੇ ਜਾਣਦੇ ਆ ਤੇ 45% ਪੋਟਾਸ਼ੀਅਮ ਜਿਹਨੂੰ ਆਪਾਂ ਪੋਟਾਸ਼ ਦੇ ਨਾਂ ਤੇ ਜਾਣਦੇ ਆ 13 0 45 ਐਵੇਂ 0 52 34 ਹੈ 0% ਨਾਈਟ੍ਰੋਜਨ ਯੂਰੀ ਤੇ 52% ਫਾਸਫੋਰਸ ਡੀਏਪੀ 34% ਪੋਟਾਸ਼ੀਅਮ ਜਿਹਨੂੰ ਪੋਟਾਸ਼ ਕਹਿੰਦੇ ਆ ਤੇ 04932 ਵੀ ਇਦਾਂ ਹੀ ਆ ਇਹ ਹੁਣ ਤੁਸੀਂ ਆਪ ਸਮਝ ਗਏ ਹੋਵੋਗੇ ਆਪਾਂ ਬਹੁਤਾ ਟਾਈਮ ਨਾ ਖਰਾਬ ਕਰੀਏ ਤੇ ਇਹਨਾਂ ਨੂੰ ਜਦੋਂ ਆਪਾਂ ਸੋਲੂਸ਼ਨ ਬਣਾਉਣਾ ਇੱਕ ਮੈਂ ਤੁਹਾਨੂੰ ਹੋਰ ਗੱਲ ਨੋਟ ਆਉਣ ਕਰਾ ਦੇਣਾ ਚਾਹਣਾ ਵੀ 13 045 ਦਾ ਮਤਲਬ ਹੋ ਗਿਆ ਵੀ 13% ਇਹਦੇ ਵਿੱਚ ਨਾਈਟ੍ਰੋਜਨ ਵੀ ਇਹ ਕਿੰਨੀ ਹੋਗੀ ਫਿਰ ਤੇ 0% ਤਾਂ ਚਲੋ 0 ਆ 45% ਹੋ ਗਈ ਪੋਟਾਸ਼ 13% ਦਾ ਮਤਲਬ ਇਹ ਹੋ ਗਿਆ ਵੀ ਜੇ ਤੁਸੀਂ 100 ਕਿਲੋ 13 0 45 ਲੈਣੇ ਹੋ ਤਾਂ 13 ਕਿਲੋ ਉਹਦੇ ਵਿੱਚ ਨਾਈਟ੍ਰੋਜਨ ਆ ਜੂਰੀਆ 13 ਕਿਲੋ 13 ਕਿਲੋ ਜੂਰੀਆ ਨਹੀਂ ਹੈਗਾ ਕਿਉਂਕਿ ਜੂਰੀਆ ਤਾਂ 46% ਹੁੰਦਾ ਉਹ ਤਾਂ ਆਪ 100 ਕਿਲੋ ਦੇ ਵਿੱਚ 46 ਕਿਲੋ ਇਹ ਹੁੰਦਾ ਨਾਈਟ੍ਰੋਜਨ ਪਰ ਜਾਨਕੀ ਨਾਈਟ੍ਰੋਜਨ ਤੇ ਡਾਇਰੈਕਟ ਸਮਝੋ ਤੁਸੀਂ ਵੀ 13 ਕਿਲੋ ਸਾਨੂੰ ਨਾਈਟ੍ਰੋਜਨ ਮਿਲੂਗੀ ਪਿਓਰ 100 ਕਿਲੋ 13045 ਦੇ ਵਿੱਚੋਂ ਤੇ 45 ਕਿਲੋ ਮਿਲੂਗੀ ਪੋਟਾਸ਼ ਜੇ 1 ਕਿਲੋ ਆਪਾਂ ਲੈਨੇ ਆ ਤਾਂ ਕਿੰਨਾ ਮਿਲੂਗਾ 1 ਕਿਲੋ 'ਚ ਮਿਲੂਗੀ ਸਾਨੂੰ 130 ਗ੍ਰਾਮ 130 ਗ੍ਰਾਮ ਮਿਲੂਗੀ ਨਾਈਟ੍ਰੋਜਨ ਤੇ 450 ਗ੍ਰਾਮ ਮਿਲੂਗੀ ਪੋਟਾਸ਼ 05534 ਦੇ ਵਿੱਚ 520 ਗ੍ਰਾਮ ਸਾਨੂੰ ਮਿਲੂਗੀ ਫਾਸਫੋਰਸ ਪਿਓਰ ਤੇ 340 ਗ੍ਰਾਮ ਮਿਲੂਗੀ ਪੋਟਾਸ਼ ਇੱਥੇ ਇੱਕ ਸਵਾਰ ਨੂੰ ਮੈਂ ਇਹ ਕ੍ਰੀਏਟ ਕਰ ਦਿੰਨਾ ਵੀ ਤੁਹਾਡੇ ਇੱਕ ਏਕੜ ਖੇਤ ਨੂੰ 13045 ਦੇ ਵਿੱਚੋਂ ਮਿਲਿਆ 1 ਕਿਲੋ ਦੇ ਵਿੱਚੋਂ 130 ਗ੍ਰਾਮ ਨਾਈਟ੍ਰੋਜਨ ਤੇ 450 ਗ੍ਰਾਮ ਪੋਟਾਸ਼ ਸਫੀਸ਼ੈਂਟ ਹੈ ਮਤਲਬ ਇੰਨੇ ਨਾਲ ਤੁਹਾਡਾ ਝਾੜਾ ਜਿਹੜਾ ਉਹ 3-4 ਕੁਇੰਟਲ 2-3 ਕੁਇੰਟਲ ਵੱਧ ਸਕਦਾ ਇੱਥੇ ਇੱਕ ਸਵਾਲ ਦਾ ਕੁਐਸਚਨ ਮਾਰਕ ਮੈਂ ਇਹ ਲਾਉਣਾ ਸਾਰੇ ਯੂਟਿਊਬਰਾਂ ਨੂੰ ਲਾਉਣਾ ਸਾਰੇ ਯੂਨੀਵਰਸਿਟੀਆਂ ਨੂੰ ਲਾਉਣਾ ਕਿਉਂਕਿ ਯੂਟਿਊਬਰੇ ਜਿਆਦੇ ਇੱਕ ਗੱਲ ਮਾੜੀ ਜੀ ਨੂੰ ਲੜਫੜ ਕੇ ਜਿਆਦੇ ਨੁਕਸਾਨ ਕਰਾਉਂਦੇ ਨੇ ਕਿਸਾਨ ਦਾ 13.45 130 ਗ੍ਰਾਮ ਨਾਈਟ੍ਰੋਜਨ ਮਿਲਣੀ ਹੈ 1 ਕਿਲੋ ਚੋਂ ਤੇ 450 ਗ੍ਰਾਮ ਪੋਟਾਸ਼ ਮਿਲਣੀ ਹੈ ਵੀ ਕੀ ਇਹ ਸਪਰੇਅ ਕਰਨ ਨਾਲ 1 ਏਕੜ ਦੇ ਵਿੱਚ ਆਪਾਂ ਨੂੰ ਪੂਰੇ ਸਫੀਸੈਂਟ ਨੇ ਜੀ ਇਹਨਾਂ ਨਾਲ 2 ਤੋਂ 3 ਕੁਇੰਟਲ ਝਾੜ ਵੱਧ ਸਕਦਾ ਐਨੀ ਕੁ ਡੋਜ਼ ਨਾਲ ਜਦੋਂ ਆਪਾਂ ਮਿੱਟੀ ਦੇ ਵਿੱਚ 60 60 ਕਿਲੋ ਡੀਏਪੀ ਪਾਉਣਿਆਂ 75 75 ਕਿਲੋ ਡੀਏਪੀ ਪਾਉਣਿਆਂ ਤੇ 4 4 ਬੈਗ ਜੂਰੀਏ ਤੇ ਪਾ ਦੰਨੇ ਆ ਤੇ 20 20 25 25 ਕਿਲੋ ਪੋਟਾਸ਼ ਪਾ ਦੰਨੇ ਆ ਤੇ ਹੁਣ ਤਾਂ ਇਹ ਗੱਲ ਏ ਸਾਰੀ ਪੋਟਾਸ਼ 450 ਗ੍ਰਾਮ ਕਿੱਥੇ 20 ਕਿਲੋ ਪੋਟਾਸ਼ ਇੱਕ ਏਕੜ ਦੀ ਕਿੱਥੇ 450 ਗ੍ਰਾਮ ਵੀ ਇਹ ਫੁੱਲ ਫਲਤੀ ਆਪਣੀ ਕਰ ਸਕਦੀਆਂ ਨੇ ਇਹ ਸਵਾਲ ਹੈ ਸਾਰੇ ਕਿਸਾਨ ਵੀਰਾਂ ਨੂੰ ਵੀ ਸਵਾਲ ਆ ਆਪਦੇ ਦਿਮਾਗ ਨਾਲ ਆਪ ਸੋਚੋ ਕਿਸੇ ਦੇ ਪਿੱਛੇ ਲੱਗਣ ਦੀ ਲੋੜ ਨਹੀਂ ਹੁਣ ਨੁਕਸਾਨ ਦੀ ਗੱਲ ਕਰਨੀ ਆ ਜਦੋਂ ਆਪਾਂ ਇਹਨਾਂ ਦਾ ਸੋਲਿਊਸ਼ਨ ਬਣਾਉਣੇ ਆ 13045 ਦਾ ਜਾਂ 05234 ਦਾ ਪਾਣੀ ਦੇ ਵਿੱਚ ਪਾਉਣਿਓ ਇਹ ਘੁਲਦਾ ਨਹੀਂ ਤੁਸੀਂ ਕੀ ਕਰਦੇ ਹੋ ਇਨੂੰ ਓਵੇਂ ਹੀ ਆਣ ਕੁਲੇ ਜੇ ਨੂੰ ਉਹਦੇ ਵਿੱਚ ਕਿਉਂਕਿ 10 ਲੀਟਰ ਪਾਣੀ ਦੇ ਵਿੱਚ ਘੱਟੋ ਘੱਟ ਇੱਕ ਹਲਦਾ ਇੱਕ ਕਿਲੋ ਪਰ 10 ਲੀਟਰ ਪਾਣੀ ਦੇ ਵਿੱਚ ਤਾਂ ਬਹੁਤ ਕਿਸਾਨ ਵੀਰ 2-2 3-3 ਕਿਲੋ ਠੋਕ ਦਿੰਦੇ ਨੇ ਵੀ ਨਾਪਾ ਛੋਟਾ ਹੁੰਦਾ ਉਹਨਾਂ ਕੋਲ ਉਹ 2-2 3-3 ਕਿਲੋ ਇਹਦੇ ਵਿੱਚ ਠੋਕ ਦਿੰਦੇ ਨੇ ਉਹ ਚੰਗੀ ਤਰ੍ਹਾਂ ਘੁਲਦਾ ਨਹੀਂ ਹੈਗਾ ਜਿਹੜਾ ਕਿ ਆਪਾਂ ਜਦੋਂ ਸਪਰੇਅ ਕਰਨ ਲੱਗਦੇ ਆਂ ਉਹ ਜਾਲੀ ਦੇ ਵਿੱਚ ਰਹਿ ਜਾਂਦਾ ਉੱਪਰ ਪੰਪ ਦੀ ਦੇ ਵਿੱਚ ਜਾਂ ਬਾਲਟੀ ਦੇ ਥੱਲੇ ਜੰਮਿਆ ਰਹਿ ਜਾਂਦਾ ਜਿਹਦੇ ਕਰਕੇ 13045 ਦਾ ਅਸਰ ਹੋਰ ਘਟ ਜਾਂਦਾ ਜਿਹੜਾ 130 ਗ੍ਰਾਮ ਨਾਈਟ੍ਰੋਜਨ ਮਿਲਣੀ ਆ ਉਹ 80 90 ਗ੍ਰਾਮ ਹੀ ਰਹਿ ਜਾਂਦੀ ਹੈ ਜਾਂ ਇਸ ਤੋਂ ਘੱਟ ਵੀ ਰਹਿ ਸਕਦੀ ਆ ਜਿੰਨਾ ਘੱਟ ਕੁੜੂਆ ਓਨੀ ਘੱਟ ਰਹੂਗੀ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਸਪਰੇਅ ਕਰਨ ਦੀ ਜਦੋਂ ਆਪਾਂ ਸਪਰੇਅ ਕਰ ਦਿੰਦੇ ਨੇ ਕਿਸਾਨ ਵੀਰ ਤਾਂ ਟਿਪਸ ਵਰਨਿੰਗ ਦੀ ਪ੍ਰੋਬਲਮ ਆਉਂਦੀ ਆ ਇੱਕ ਬੋਰਨ ਪਾਉਣ ਲੱਗੇ ਜਿਹੜਾ ਕਿ ਸੂਈ ਦੀ ਨੋਕ ਜਿੰਨਾ ਕ ਆਪਣੇ ਖੇਤ ਨੂੰ ਚਾਹੀਦਾ ਹੁੰਦਾ ਤੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਬੋਰਨ ਦੀ ਕਣਕ ਝੋਨੇ ਵਾਲੇ ਖੇਤਾਂ ਦੇ ਵਿੱਚ ਘਾਟ ਨਹੀਂ ਹੈਗੀ ਕਿਤੇ ਵੀ ਕੋਈ ਬੰਦਾ ਮਿੱਟੀ ਟੈਸਟ ਕਰਾ ਕੇ ਮਾਈਕਰੋ ਨਿਊਟਰੀਐਂਟ ਕਹਿ ਦੇਵੇ ਮੈਨੂੰ ਵੀ ਹਾਂ ਮੇਰੇ ਖੇਤ ਦੇ ਵਿੱਚ ਘਾਟ ਆ ਬੋਰਨ ਦੀ ਤਾਂ ਉਹ ਉਹਨਾਂ ਇੱਕ ਮਿੱਟੀ ਦੇ ਵਿੱਚ ਵੀ ਡਾਇਰੈਕਟ ਪਾ ਸਕਦਾ ਤਾਂ ਸਪਰੇਅ ਕਰ ਸਕਦਾ ਪਰ ਉਹ ਇਹ ਤਾਂ ਲੜੀ ਚੱਲਦੀ ਆ ਯੂਟਿਊਬਰਾਂ ਦੇ ਪਿੱਛੇ ਲਾ ਕੇ ਵੀ ਮੈਂ ਵੀ ਬੋਰਨ ਪਾਉਂਗਾ ਵੀ ਪਤਾ ਨਹੀਂ ਮੇਰਾ 5 ਗੰਟਲ ਝਾੜ ਬੱਜੂਗਾ ਇਹ ਗੱਲਾਂ ਵੀਡੀਓ ਲੰਬੀ ਹੋਈ ਜਾਂਦੀ ਆ ਪਰ ਇਹ ਗੱਲਾਂ ਮੈਂ ਤੁਹਾਨੂੰ ਹੁਣ ਤਾਂ ਹੀ ਦੱਸ ਰਿਹਾ ਵੀ ਜਿਹੜੀ ਡੋਜ ਕੰਪਨੀ ਦੱਸਦੀ ਆ ਜੁਨੀਵਰਸਿਟੀਆਂ ਦੱਸਦੀਆਂ ਨੇ ਇਹ ਸਫੀਸ਼ੈਂਟ ਨਹੀਂ ਹੈਗੀਆਂ ਇਹਦੇ ਨਾਲੋਂ ਤੁਸੀਂ ਸਪਰੇਅ ਨਾ ਕਰੋ ਤਾਂ ਤੁਹਾਡਾ ਫਾਇਦਾ ਜ਼ਿਆਦਾ ਹੈ ਜਦੋਂ ਤੁਹਾਡੀ ਟਿਪਸ ਵਰਨਿੰਗ ਹੁੰਦੀ ਆ ਉਦੋਂ ਤੁਹਾਨੂੰ ਸਿੱਧਾ ਪੌਦੇ ਦੇ ਉੱਤੇ ਨੁਕਸਾਨ ਹੋਇਆ ਦਿਖਦਾ ਪਰ ਜੇ ਟਿਪਸ ਵਰਨਿੰਗ ਨਾ ਹੋਵੇ ਪੌਦੇ ਦੇ ਉੱਤੇ ਫੇਰ ਵੀ ਨੁਕਸਾਨ ਹੁੰਦਾ ਉਹ ਕਿਵੇਂ ਹੁੰਦਾ ਪੌਦੇ ਦੇ ਅੰਦਰੋਂ ਸਾੜਾ ਪਿਆ ਹੁੰਦਾ ਜਿਹੜਾ ਕਿ ਬਾਹਰ ਨਹੀਂ ਨਿਕਲਿਆ ਹੁੰਦਾ ਤੇ ਜਿਹੜਾ ਕਿ ਆਪਾਂ ਨੂੰ ਨੰਗੀ ਅੱਖ ਦੇ ਨਾਲ ਨਹੀਂ ਦਿਖਦਾ ਇੱਥੇ ਮੈਂ ਤੁਹਾਨੂੰ ਉਦਾਹਰਨ ਦਿੰਦਾ ਜੇ ਕਿਸੇ ਬੰਦੇ ਦੇ ਪਿਸ਼ਾਬ ਦੇ ਵਿੱਚ ਖੂਨ ਆਵੇ ਜਾਂ ਪਿਸ਼ਾਬ ਬਹੁਤ ਜ਼ਿਆਦਾ ਤਜਾਬੀ ਆਵੇ ਤਾਂ ਉਹ ਆਪਾਂ ਨੂੰ ਨੰਗੀ ਅੱਖ ਨਾਲ ਦਿਖਦਾ ਤੇ ਉਹਦੇ ਅੰਦਰ ਜਿਹੜੀ ਪ੍ਰੋਬਲਮ ਹੁੰਦੀ ਆ ਅੰਦਰ ਜਲਨ ਹੁੰਦੀ ਆ ਉਹ ਆਪਾਂ ਨੂੰ ਨਹੀਂ ਦਿਖਦੀ ਹੈਗੀ ਬੰਦੇ ਦੇ ਪਰ ਅੰਦਰ ਜਲਨ ਬਹੁਤ ਜ਼ਿਆਦਾ ਹੁੰਦੀ ਆ ਤੁਸੀਂ ਮਹਿਸੂਸ ਕਰ ਸਕਦੇ ਹੋ ਤੇ ਹਰੇਕ ਬੰਦੇ ਨੂੰ ਪਸਾਬ ਲੜ ਕੇ ਕੌਣ ਦੀ ਪ੍ਰੋਬਲਮ ਇੱਕ ਦੋ ਵਾਰ ਆਈ ਹੋਊਗੀ ਚਾਹੇ ਫੀਮੇਲ ਆ ਚਾਹੇ ਮੇਲ ਆ ਕਿਸੇ ਨਾ ਕਿਸੇ ਸਟੇਜ ਤੇ ਆਉਂਦੀ ਆ ਇਹ ਵੀ ਉਦੋਂ ਆਪਾਂ ਨੂੰ ਨੰਗੀ ਅੱਖ ਨਾਲ ਦੇਖਦਾ ਜਦੋਂ ਮੇਜਰ ਪ੍ਰੋਬਲਮ ਹੁੰਦੀ ਆ ਇਦਾਂ ਹੀ ਝੋਨੇ ਤੇ ਆ ਕਣਕ ਤੇ ਆ ਵੀ ਜਦੋਂ ਉੱਪਰ ਆਪਾਂ ਡੈਮੇਜ ਕਰ ਦਿੰਨੇ ਆ ਟਾਈਪਸ ਵਰਨਿੰਗ ਕਰ ਦਿੰਨੇ ਆ ਫਿਰ ਆਪਾਂ ਨੂੰ ਨੰਗੀ ਅੱਖ ਨਾਲ ਦੇਖਦੀ ਆ ਪਰ ਜਦੋਂ ਸਿਰਫ ਪਿਸ਼ਾਬ ਲੜ ਕੇ ਆਵੇ ਸਿਰਫ ਪਿਸ਼ਾਬ ਵੀ ਮੰਨ ਲਓ ਉਹਦੇ ਵਿੱਚ ਖੂਨ ਨਾ ਆਵੇ ਜਾਂ ਕੋਈ ਉਹਦਾ ਤਜਾਬੀ ਅੰਸ ਨਾ ਹੋਵੇ ਪਿਸ਼ਾਬ ਦੇ ਵਿੱਚ ਕਲਰ ਵੀ ਠੀਕ ਹੋਵੇ ਪਰ ਲੜ ਕੇ ਆਵੇ ਪਿਸ਼ਾਬ ਫਿਰ ਉਹ ਪ੍ਰੋਬਲਮ ਅੰਦਰ ਹੁੰਦੀ ਆ ਆਪਣੇ ਹਲਕੀ ਪ੍ਰੋਬਲਮ ਦੀ ਐ ਇਦਾਂ ਹੀ ਇਹ ਹਲਕੀ ਪ੍ਰੋਬਲਮ ਤਾਂ ਕ੍ਰੀਏਟ ਕਰਦੀ ਕਰਦੇ ਨੇ ਐਨਪੀ ਕੇ ਅੰਦਰ ਜਿਹਦੇ ਕਰਕੇ ਫਲੈਗ ਲੀਫ ਅੰਦਰੋਂ ਅੰਦਰੀ ਕਮਜ਼ੋਰ ਹੋ ਜਾਂਦਾ ਅੰਦਰੋਂ ਅੰਦਰੀ ਯਾਨੀ ਕਿ ਝਾੜ ਘਟਾਉਣ ਵੱਲ ਤੁਰਪੰਦਾ ਇਹ ਮੇਰੇ ਫੀਲਡ ਐਕਸਪੈਰੀਮੈਂਟ ਮੇਰੇ ਖੇਤ ਦੇ ਨੇ ਤੇ ਉਹਦੇ ਕਾਰਨ ਕੀ ਨੇ ਉਹਦੇ ਵੀ ਕਾਰਨ ਵੀ ਤੁਹਾਨੂੰ ਮੈਂ ਦੱਸ ਦਣਾ ਕਾਰਨ ਉਹਦੀਆਂ ਗਲਤੀਆਂ ਆਪਣੀਆਂ ਨੇ ਇਹ ਕੋਈ ਇਹ ਨਹੀਂ ਹੈਗਾ ਵੀ ਜਦੋਂ ਆਪਾਂ 100 ਲੀਟਰ ਪਾਣੀ ਦੇ ਵਿੱਚ 1.5 ਲੀਟਰ ਐਨ ਤੇ 13.45 ਘੋਲ ਲਿਆ 100 ਗ੍ਰਾਮ ਬੋਰਨ ਘੋਲ ਲਿਆ ਠੋਕਤੀਜੀ ਸਪਰੇ ਉਹ ਗਲਤੀਆਂ ਨਹੀਂ ਇਹਨਾਂ ਦੀ ਜਿਹੜੀ ਸਫੀਸੈਂਟ ਡੋਜ ਆ ਉਹ 200 ਲੀਟਰ ਪਾਣੀ ਤੇ ਆ ਕਿਸਾਨ ਵੀਰੋ ਜੇ ਤੁਸੀਂ ਇਹ ਚੀਜ਼ਾਂ ਦਾ ਪੰਗਾ ਲੈਣਾ ਤਾਂ 200 ਲੀਟਰ ਪਾਣੀ ਲਾਓ ਤੇ ਡੋਜ ਘੱਟ ਤੋਂ ਘੱਟ ਰੱਖੋ ਡੋਜ ਇਹ ਨਹੀਂ ਵੀ ਮੰਨ ਲਓ 13.45 ਨੇ 1 ਕਿਲੋ ਨੇ ਕੁਝ ਨਹੀਂ ਕਰਨਾ ਖੇਤ 'ਚ ਘੱਟੋ ਘੱਟ 2 ਕਿਲੋ ਚਾਹੀਦਾ 05234 ਵੀ 1 ਕਿਲੋ ਕੁਛ ਨਹੀਂ ਕਰਦਾ 2 ਕਿਲੋ ਚਾਹੀਦਾ ਇਹ 13045 ਦਾ ਹਜੇ 2 ਤੋਂ 2.5 ਕਿਲੋ ਹੋਵੇ ਪਰ ਪਾਣੀ ਵੀ ਉਧਰੋਂ ਉਨਾ ਵਧਾ ਕੇ ਉਹਨੂੰ ਚੰਗੀ ਤਰ੍ਹਾਂ ਡਿਲੂਟ ਕਰਕੇ ਫੇਰ ਸਪਰੇਅ ਕਰੋਗੇ ਤੇ ਉਹਦੇ ਨਾਲ ਤੁਹਾਡਾ ਸਪਰੇਅ ਕਰਾਈ ਦਾ ਖਰਚਾ ਉਦੋਂ ਜ਼ਿਆਦਾ ਵੱਜੂਗਾ ਜਿੰਨਾ ਤੁਹਾਡਾ ਝਾੜ ਨਹੀਂ ਵਧੂਗਾ ਫੇਰ ਨੁਕਸਾਨ ਕਰਨੀ ਬਾਕੀ ਆਪਣੀ ਕਹਾਣੀ ਕੁੱਲ ਮਿਲਾ ਕੇ ਯਾਨੀ ਕਿ ਇਹ ਆ ਵੀ ਤੁਸੀਂ ਮੈਨੇਜਮੈਂਟ ਰੱਖਣਾ ਛੋਣੇ ਦਾ ਆਪਣੇ ਵੱਲੋਂ ਪਹਿਲਾਂ ਹੀ ਵਧੀਆ ਸਾਰਾ ਪ੍ਰੋਪਰ ਜੂਰੀਆ ਦੇਣਾ ਪ੍ਰੋਪਰ ਖਰਾਕ ਦੇਣੀ ਆ ਪ੍ਰੋਪਰ ਸਪਰੇਅ ਕਰੋ ਫੰਗੀ ਸਾਈਡ ਐਂਡ ਇਨਸੈਕਟੀਸਾਈਡ ਪ੍ਰੋਪਰ ਦਿੰਦੇ ਰਹੋ ਝੋਨੇ ਨੂੰ ਫੰਗਸ ਤੇ ਤੇਲਾ ਸੁੰਡੀ ਤੋਂ ਬਚਾ ਲਓ ਝੋਨਾ ਤੁਹਾਡਾ ਕਦੇ ਘਟਣੀ ਨਹੀਂ ਨਿਕਲੂਗਾ ਪਹਿਲਾਂ ਜਿਹੜਾ ਝੋਨਾ ਤਕੜਾ ਕਰਨਾ ਉਹ ਖਰਾਕ ਨਹੀਂ ਕਰਨਾ ਧੰਨਵਾਦ ਜੀ ਵੀਡੀਓ ਬਹੁਤ ਹੀ ਲੰਬੀ ਹੋਈ ਜਾਂਦੀ ਆ ਗੱਲਾਂ ਕਰਨ ਨੂੰ ਬਹੁਤ ਨੇ ਜੇ ਕਿਸੇ ਵੀਰ ਨੇ ਵਟਸਐਪ ਗਰੁੱਪ ਜੁਆਇਨ ਕਰਨਾ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਤੇ ਉਹ ਜੁਆਇਨ ਕਰ ਸਕਦਾ